ਧੀਆਂ ਅਸੀਂ ਮੰਨਦੇ ਹਾਂ ਵੀ ਮੈਨੂੰ ਇਹ ਲੱਗਦਾ ਹੈ ਕਿ ਪਿਓ ਦੇ ਦਿਲ ਦੇ ਜ਼ਿਆਦਾ ਕਰੀਬ ਹੁੰਦੀਆਂ ਹੈ ਨਾ। ਧੀਆਂ ਦੀ ਇੱਕ ਸਾਂਝ ਜਿਹੜੀ ਹੈ ਉਹ ਸਾਇੰਸ ਇਹਨੂੰ ਇਹ ਵੀ ਕਹਿੰਦੀ ਹੈ ਕਿ ਓਪੋਜ਼ਿਟ ਜੈਂਡਰ ਦੇ ਨਾਲ ਸਾਡੀ ਜ਼ਿਆਦਾ ਡੂੰਘੀ ਸਾਂਝ ਹੁੰਦੀ ਹੈ ਨਾ, ਜਾਂ ਬੱਚੇ ਦੇ ਵਿੱਚ ਇੱਕ ਖਿੱਚ ਹੁੰਦੀ ਹੈ, ਚਾਹੇ ਜੋ ਵੀ ਕਾਰਨ ਹੈ, ਬਾਇਓਲੋਜੀਕਲ ਲਗਾ ਲਓ, ਧੀ ਪਿਓ ਦੇ ਜ਼ਿਆਦਾ ਕਰੀਬ ਹੁੰਦੀ ਹੈ ਨਾ। ਤੁਸੀਂ ਆਪਣੇ ਪਿਤਾ ਜੀ ਦੀ ਜਦੋਂ ਗੱਲ ਕਰ ਰਹੇ ਸੀ ਤਾਂ ਤੁਸੀਂ ਦੱਸ ਰਹੇ ਸੀ ਕਿ ਤੁਹਾਨੂੰ ਉਹਨਾਂ ਨੇ ਬਹੁਤ ਕੁਝ ਸਿਖਾਇਆ, ਉਹ ਉਸ ਵੇਲੇ ਔਰਗੈਨਿਕ ਖੇਤੀ ਕਰਦੇ ਸੀ। ਹਾਂਜੀ ਭੈਣ, ਮੇਰੇ ਫਾਦਰ ਸਾਹਿਬ ਇੱਕ ਬਹੁਤ ਨੇਕ ਦਿਲ ਅਤੇ ਇਮਾਨਦਾਰ ਇਨਸਾਨ ਸੀ। ਉਹਨਾਂ ਨੇ ਆਪਣੇ ਬੱਚਿਆਂ ਦੇ ਵਿੱਚ ਵੀ ਉਹ ਸਾਰਾ ਭਰਿਆ। ਓਬਵੀਅਸਲੀ ਆ ਵੀ ਬੱਚੇ ਜੋ ਆਪਣੇ ਔਰੇ ਦੇ ਵਿੱਚ ਆਪਣੇ ਪਰਿਵਾਰ ਦੇ ਮਾਹੌਲ ਦੇ ਵਿੱਚ ਸਿੱਖਦੇ ਨੇ ਤਾਂ ਉਹ ਬੱਚਿਆਂ ਦੇ ਵਿੱਚ ਮਿੰਜ ਪੈਦਾ ਹੁੰਦਾ ਆਪਣੇ ਆਪ ਹੀ। ਤਾਂ ਉਸ ਤਰੀਕੇ ਨਾਲ ਮੇਰੇ ਫਾਦਰ ਸਾਹਿਬ ਜੋ ਕਿ ਇੱਕ ਅਨਪੜ੍ਹ ਇਨਸਾਨ, ਕਿਰਤ ਕਰਨ ਵਾਲੇ, ਅਤੇ ਜਿਨ੍ਹਾਂ ਨੇ ਕਿ ਖੇਤੀ ਨੂੰ ਇੱਕ ਇਸ ਤਰੀਕੇ ਨਾਲ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਕਿ ਜਿਸ ਤਰੀਕੇ ਨਾਲ ਜਿਵੇਂ ਆਪਾਂ ਅੱਜ ਗੱਲ ਕਰਦੇ ਹਾਂ ਕਿ ਆਪਾਂ ਨੂੰ ਸਿੱਧੀ ਮਤਲਬ ਸਿੱਧੀ ਫਸਲ ਵੇਚਣੀ ਚਾਹੀਦੀ ਆ, ਉਸ ਤਰੀਕੇ ਨਾਲ ਉਹਨਾਂ ਨੇ ਸਬਜ਼ੀਆਂ ਬੀਜਣੀਆਂ ਉਗਾਉਣੀਆਂ ਸ਼ੁਰੂ ਕੀਤੀਆਂ। ਸਬਜ਼ੀਆਂ ਦੀ ਜਿਹੜੀ ਮਿੰਜ ਵੇਚਣੀਆਂ ਹੁੰਦੀਆਂ ਸੀ ਉਹਨਾਂ ਨੇ ਇਸ ਚੀਜ਼ ਦੇ ਵਿੱਚ ਸ਼ਰਮ ਨਹੀਂ ਮਹਿਸੂਸ ਕੀਤੀ ਕਿ ਮੈਂ ਪਿੰਡ ਦੇ ਵਿੱਚ ਉਹ ਖੁਦ ਵੇਚਣ ਜਾਂਦੇ ਸੀ, ਮੰਡੀਕਰਨ ਵੀ, ਹਾਂਜੀ ਮੰਡੀਕਰਨ ਵੀ ਆਪ ਕਰਦੇ ਸੀ। ਔਰ ਫਿਰ ਉਸ ਤੋਂ ਬਾਅਦ ਦੇ ਵਿੱਚ ਪਿੰਡ ਦੇ ਵਿੱਚ ਥੋੜ੍ਹੀ ਦਿੱਕਤ ਆਉਂਦੀ ਸੀ ਵੀ ਜ਼ਿਆਦਾ ਘੁੰਮਣਾ ਪੈਂਦਾ ਸੀ, ਅਤੇ ਫਿਰ ਉਹਨਾਂ ਨੇ ਸੁਬਾਹ ਜਿੱਦਾਂ ਜਲਦੀ ਜਾਣਾ ਜਿਵੇਂ ਕਿ ਸੰਗਰੂਰ ਦੇ ਵਿੱਚ ਜਿਹੜੀਆਂ ਮੰਡੀ ਲੱਗਦੀ ਸੀ ਤਾਂ ਉੱਥੇ ਉਹਨਾਂ ਨੇ ਆਪ ਜਾ ਕੇ ਸੇਲ ਕਰਨੀ ਸਾਰੀ ਸਬਜ਼ੀ। ਮਤਲਬ ਕਿ ਉਹ ਚੀਜ਼ਾਂ ਦੇ ਨਾਲ ਇੱਕ ਜਿਹੜਾ ਬੱਚਿਆਂ ਦੇ ਵਿੱਚ ਕੌਨਫੀਡੈਂਸ ਪੈਦਾ ਹੁੰਦਾ ਕਿ ਨਹੀਂ ਆਪਾਂ ਜਿਹੜੀ ਕਿਰਤ ਹੈ, ਕਿਰਤ ਕਰਨ ਦੇ ਵਿੱਚ ਕੋਈ ਹਿਚਕਚਾਹਟ ਨਹੀਂ ਕਰਨੀ ਚਾਹੀਦੀ ਸਾਨੂੰ। ਕਿਸੇ ਵੀ ਤਰੀਕੇ ਨਾਲ ਸਾਨੂੰ ਆਪਣੀ ਕਮਾਈ ਹੈ ਜਿਹੜੀ ਇਮਾਨਦਾਰੀ ਨਾਲ ਵੀ ਕਰਨੀ ਚਾਹੀਦੀ ਆ, ਔਰ ਅੱਗੇ ਆ ਕੇ ਆਪਣੇ ਆਪ ਨੂੰ ਜ਼ਰੂਰ ਅੱਗੇ ਲਿਆਉਣਾ ਚਾਹੀਦਾ ਉਸ ਚੀਜ਼ ਦੇ ਵਿੱਚ। ਬਿਲਕੁਲ, ਅਸੀਂ ਨਾ ਹਮੇਸ਼ਾ ਆਪਣੇ ਵੱਖਰੇ ਵੱਖਰੇ ਪ੍ਰੋਗਰਾਮਾਂ ਦੇ ਵਿੱਚ ਇਹ ਗੱਲ ਕਰਦੇ ਹੁੰਦੇ ਹਾਂ ਜਾਂ ਆਮ ਜ਼ਿੰਦਗੀ ਦੇ ਵਿੱਚ ਵੀ ਕਿ ਜੇਕਰ ਤੁਸੀਂ ਮਿਹਨਤ ਕਰਦੇ ਹੋ ਨਾ ਤਾਂ ਤੁਹਾਨੂੰ ਆਪਣੇ ਬੱਚਿਆਂ ਨੂੰ ਸਿਖਾਉਣਾ ਨਹੀਂ ਪੈਣਾ ਕਿ ਤੁਸੀਂ ਮਿਹਨਤ ਕਰੋ। ਹਾਂਜੀ ਬਿਲਕੁਲ ਬਿਲਕੁਲ, ਉਹ ਸਹਿਜ ਸੁਭਾਅ ਹੀ ਸਿੱਖ ਲੈਂਦੇ ਆ। ਹਾਂਜੀ ਬਹੁਤ ਸਹਿਜ ਸੁਭਾਅ ਨਾਲ ਸਿੱਖ ਲੈਂਦੇ ਨੇ ਜੀ। ਇੱਕ ਛੋਟੀ ਜਿਹੀ ਗੱਲ ਹੈ ਕਿ ਮੇਰੇ ਫਾਦਰ ਸਾਹਿਬ ਜਦੋਂ ਨਾ ਘਰ ਦੇ ਵਿੱਚ ਕਣਕ ਦੀ ਰੁੱਤ ਹੁੰਦੀ ਹੈ, ਹਾੜੀ ਵੇਲੇ ਕਣਕ ਜਦੋਂ ਆਉਣੀ ਤਾਂ ਸਾਰੇ ਬੱਚਿਆਂ ਨੇ ਮਿੰਜ ਬੋਰੀਆਂ ਦੇ ਵਿੱਚ ਪਾਉਣੀ, ਉਹ ਬੋਰੀਆਂ ਦੇ ਵਿੱਚ ਪਾਉਣੀ ਤਾਂ ਫਿਰ ਉਹ ਨਾ ਕਹਿੰਦੇ ਵੀ ਆਹ ਲਓ ਸੀਡ, ਵੀ ਤੁਸੀਂ ਸਾਰਿਆਂ ਨੇ ਇਹਨੂੰ ਬੰਨਣਾ। ਅਤੇ ਜਦੋਂ ਬੰਨਦੇ ਅਸੀਂ ਤਾਂ ਫਿਰ ਉਹ ਨਾ ਚੈੱਕ ਕਰਦੇ ਵੀ ਚੱਕਣ ਵੇਲੇ ਜਦੋਂ ਢੋਲ ਦੇ ਵਿੱਚ ਪਾਉਣੀ ਹੁੰਦੀ ਸੀ ਖੁੱਲਦਾ ਤਾਂ ਨਹੀਂ, ਤਾਂ ਵੀ ਖੁੱਲਦਾ ਤਾਂ ਨਹੀਂ, ਤਾਂ ਜਿਹੜੀ ਮੇਰੀ ਬੰਨੀ ਹੁੰਦੀ ਸੀ ਬੋਰੀ ਉਹ ਕਦੇ ਖੁੱਲੀ ਨਹੀਂ ਸੀ। ਫਿਰ ਮੇਰੇ ਪਾਪਾ ਕਹਿੰਦੇ ਹੁੰਦੇ ਸੀ ਇਹ ਤਾਂ ਮੇਰਾ ਪੁੱਤ ਹੈ, ਇਹ ਮੁੰਡਿਆਂ ਦੀ ਤਰ੍ਹਾਂ ਕੰਮ ਕਰੂਗਾ। ਵੀ ਅੱਜ ਮਤਲਬ ਮੇਰੇ ਲਈ ਇਹ ਚੀਜ਼ ਹੈ ਕਿ ਮੈਂ ਜੋ ਉਹਨਾਂ ਨੇ ਗੱਲਾਂ ਕਹੀਆਂ, ਮਤਲਬ ਕਿ ਮੈਨੂੰ ਕਦੇ ਨਾ ਕਦੇ ਉਹ ਫੀਲ ਹੁੰਦੀਆਂ ਨੇ ਕਿ ਅੱਜ ਵੀ ਮੈਂ ਉਹੀ ਚੀਜ਼ਾਂ ਨੂੰ ਲੈ ਕੇ ਚੱਲ ਰਹੀ ਹਾਂ, ਜੋ ਮੇਰਾ ਜਿਹੜਾ ਇੱਕ ਖਲਾਅ ਪੈਦਾ ਹੋਇਆ, ਬਟ ਮੈਂ ਉਹ ਖਲਾਅ ਦੇ ਵਿੱਚੋਂ ਨਿਕਲਣ ਦੇ ਲਈ ਮੈਨੂੰ ਜਿਹੜੀਆਂ ਮੇਰੀਆਂ ਪਾਸਟ ਦੀਆਂ ਇੱਕ ਅੱਛੀਆਂ ਗੱਲਾਂ ਸੀ ਮੇਰੇ ਲਈ, ਉਹ ਮੇਰੇ ਲਈ ਇੱਕ ਮੋਟੀਵੇਸ਼ਨਲ ਬਣੀਆਂ।